ਏਜਾਂ ਦੇ ਉੱਤੇ ਬੱਚੇ ਟੰਗੇ ਗਏ ਨੇ ਇੱਧਰ ਟੋਟੇ ਟੋਟੇ ਬੱਚਿਆਂ ਨੇ ਕਰਕੇ ਨਾ ਉਹਨਾਂ ਦੇ ਮਾਤਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀ। ਜਮਾਂ ਹੇਮਕੁੰਡ ਸਾਹਿਬ ਦੀ ਜਿਵੇਂ ਬਿਲਡਿੰਗ ਇਮਾਰਤ ਬਣੀ ਹੋਈ ਆ ਉਵੇਂ ਦਾ ਗੁਰਦੁਆਰਾ ਸਾਹਿਬ ਫਲੋ ਨੇੜੋਂ ਦਿਖਾਉਣਾ, ਸਪੀਡ ਚੈੱਕ ਕਰੋ ਤੁਸੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੇ ਨਵੇਂ ਬਲੌਗ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਰਿਸ਼ੀਕੇਸ਼ ਸ਼ਹਿਰ ਦਿਖਾਵਾਂਗੇ, ਜਿਹੜਾ ਕਿ ਇੱਥੇ ਜਦੋਂ ਤੁਸੀਂ ਹੇਮਕੁੰਡ ਸਾਹਿਬ ਜਾਂਦੇ ਹੋ ਜਾਂ ਚਾਰ ਧਾਮ ਦੀ ਯਾਤਰਾ ਦੇ ਉੱਤੇ ਜਾਂਦੇ ਹੋ ਤਾਂ ਇੱਥੇ ਕਿਹੜੀ ਕਿਹੜੀ ਚੀਜ਼ ਦੇਖਣ ਵਾਲੀ ਹੈ ਜਿਹਨੂੰ ਤੁਸੀਂ ਦੇਖ ਸਕਦੇ ਹੋ, ਠੀਕ ਆ, ਅਤੇ ਹੋਰ ਇੱਥੇ ਦਾ ਹਿਸਾਬ ਕਿਤਾਬ ਕਲਚਰ ਕੀ ਆ ਜਾਂ ਕਿਹੜੀ ਚੀਜ਼ ਕਰਕੇ ਇਹ ਜ਼ਿਆਦਾ ਫੇਮਸ ਆ, ਰਿਹਾਇਸ਼ ਦਾ ਹਿਸਾਬ ਕਿਤਾਬ ਇੱਥੇ ਕੀ ਆ ਕਿਉਂਕਿ ਬਹੁਤ ਤਕੜਾ ਇਹ ਟੂਰਿਸਟ ਪਲੇਸ ਆ, ਠੀਕ ਆ। ਸਾਰੀ ਇਨਫੋਰਮੇਸ਼ਨ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਅਤੇ ਇਹ ਵੀਡੀਓ ਆਪਣੀ ਰਿਸ਼ੀਕੇਸ਼ ਸ਼ਹਿਰ ਦੇ ਉੱਤੇ ਬਣੂਗੀ, ਠੀਕ ਆ, ਅਤੇ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ। ਆਪਣੀ ਹਜ਼ੂਰ ਸਾਹਿਬ ਦੀ ਵੈਸੇ ਯਾਤਰਾ ਚੱਲ ਰਹੀ ਆ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਨਾਲ ਤੁਹਾਨੂੰ ਹੋਰ ਵੀ ਆਪਾਂ ਕੰਮ ਦੀਆਂ ਗੱਲਾਂ ਇਨਫੋਰਮੇਸ਼ਨ ਦਿੰਦੇ ਜਾਈਏ। ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਰਿਸ਼ੀਕੇਸ਼ ਸ਼ਹਿਰ ਦਿਖਾਉਣ ਵਾਸਤੇ। ਲਓ ਜੀ, ਰਿਸ਼ੀਕੇਸ਼ ਆਪਾਂ ਪਹੁੰਚ ਗਏ ਸੀ ਅਤੇ ਸਾਹਮਣੇ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਉੱਥੇ ਆਪਾਂ ਰਾਤ ਕੱਟਣੀ ਆ ਅਤੇ ਆਹਲੇ ਰੋਡ ਤੋਂ ਫਿਰ ਆਪਾਂ ਤੜਕੇ ਸਦੇ ਇੱਧਰ ਨੂੰ ਲੰਘ ਜਾਣਾ, ਇਹੀ ਰੋਡ ਜਾਣਾ ਨਾ ਆਪਾਂ ਇੱਧਰ ਨੂੰ। ਬਸ ਠੀਕ ਆ, ਅਤੇ ਹੁਣ ਆਪਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਵਜੇ ਪਹੁੰਚੇ ਹਾਂ ਜੀ? 5 ਵਜਣ ਦੇ ਵਿੱਚ 20 ਮਿੰਟ ਰਹਿ ਗਏ ਅਤੇ ਉੱਥੇ ਪਹੁੰਚ ਕੇ ਤੁਹਾਨੂੰ ਆਪਾਂ ਫਿਰ ਦਰਸ਼ਨ ਮੇਲਾ ਕਰਵਾਉਣੇ ਆ। ਇੱਧਰ ਲਿਖਿਆ ਹੋਇਆ ਜੀ ਆਹ ਹਿਸਾਬ ਕਿਤਾਬ, ਰੁਦਰ ਪ੍ਰਯਾਗ 138 ਕਿਲੋਮੀਟਰ, ਸ਼੍ਰੀਨਗਰ 103 ਕਿਲੋਮੀਟਰ। ਇਹ ਸ਼੍ਰੀਨਗਰ ਉੱਤਰਾਖੰਡ ਵਾਲਾ ਸ਼੍ਰੀਨਗਰ ਆ ਜੀ। ਇਹ ਆ ਜੀ ਉਹ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਰਾਤ ਕੱਟਣੀ ਆ, ਅਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ। ਜਿਹੜੀ ਸੰਗਤ ਹੇਮਕੁੰਡ ਸਾਹਿਬ ਨੂੰ ਜਾਂਦੀ ਆ ਭਾਈ ਇੱਥੇ ਜ਼ਰੂਰ ਰੁਕ ਕੇ ਜਾਂਦੀ ਆ, ਉਹ ਜਿਹੜੀ ਪਾਉਂਟਾ ਸਾਹਿਬ ਵਾਲੇ ਪਾਸਿਓਂ ਜਾਂਦੀ ਆ, ਜਦੋਂ ਅਸੀਂ ਹੇਮਕੁੰਡ ਸਾਹਿਬ ਗਏ ਸੀ ਅਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਕੱਟੀ ਸੀ, ਠੀਕ ਆ ਜੀ। ਇਸ ਤੋਂ ਬਾਅਦ ਫਿਰ ਜ਼ਿਆਦਾਤਰ ਸੰਗਤ ਰਿਸ਼ੀਕੇਸ਼ ਜਾਂਦੀ ਆ ਰਾਤ ਕੱਟਣ ਵਾਸਤੇ, ਨਹੀਂ ਫਿਰ ਅੱਗੇ ਭਾਈ ਨਗਾਰਸੂ ਜਗ੍ਹਾ ਆਉਂਦੀ ਆ ਉੱਥੇ ਰਾਤ ਕੱਟ ਲੈਂਦੇ ਨੇ। ਹੁਣ ਗੁਰਦੁਆਰਾ ਤੁਸੀਂ ਦਰਸ਼ਨ ਕਰ ਰਹੇ ਜੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ, ਕਿਉਂਕਿ ਮੈਨੇਜਮੈਂਟ ਜਿਹੜੀ ਟਰੱਸਟ ਆ ਹੇਮਕੁੰਡ ਸਾਹਿਬ ਦੀ, ਉਹਦੇ ਅੰਦਰ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਂਦੇ ਨੇ ਉਹਨਾਂ ਦੇ ਨਾਮ ਇਹੀ ਰੱਖੇ ਹੋਏ ਨੇ ਇਹਨਾਂ ਨੇ। ਜੇ ਤੁਸੀਂ ਸ਼੍ਰੀਨਗਰ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਵੀ ਗੁਰਦੁਆਰਾ ਸਾਹਿਬ ਦਾ ਨਾਮ ਹੇਮਕੁੰਡ ਸਾਹਿਬ ਹੀ ਆ। ਇੱਕ ਹੋਰ ਜੀ, ਇੱਧਰਲੇ ਪਾਸੇ ਲਾਇਬ੍ਰੇਰੀ ਬਣੀ ਹੋਈ ਆ, ਅਤੇ ਇੱਧਰ ਭਾਈ ਘਨੱਈਆ ਜੀ ਦਾ ਬੁੱਤ ਬਣਿਆ ਹੋਇਆ ਜਿਹੜਾ ਕਿ ਪਾਣੀ ਪਿਲਾਉਂਦੇ ਸੀ, ਸਾਂਝੀਵਾਲਤਾ ਦਾ ਪ੍ਰਤੀਕ ਸੀ। ਅਤੇ ਇੱਧਰਲੇ ਪਾਸੇ ਭਾਈ ਰਿਹਾਇਸ਼ ਘਰ ਆ, ਅਤੇ ਸਾਹਮਣੇ ਵਾਲੇ ਪਾਸੇ ਹਾਲ ਵੀ ਆ ਵੱਡਾ, ਉੱਥੇ ਵੀ ਸੰਗਤ ਪੈ ਜਾਂਦੀ ਆ, ਅਤੇ ਇੱਥੇ ਵੀ ਪਈ ਹੁੰਦੀ ਆ ਜਦੋਂ ਮੀਂਹ ਕਣੀ ਨਹੀਂ ਆਉਂਦੀ। ਇੱਧਰ ਬਣਿਆ ਹੋਇਆ ਜੀ ਸਰੋਵਰ ਸਾਰਾ, ਤੁਹਾਨੂੰ ਬੱਸ ਦੇ ਉੱਤੇ ਬੈਠ ਕੇ ਆਪਾਂ ਵਿਊ ਦਿਖਾ ਦਿੰਦੇ ਹਾਂ ਕਿਰਾਂ। ਅਤੇ ਇੱਧਰ ਬਣਿਆ ਹੋਇਆ ਜੀ ਗੁਰੂ ਨਾਨਕ ਨਿਵਾਸ, ਅਤੇ ਆਪਣੀ ਇੱਕ ਬੱਸ ਪਹਿਲਾਂ ਪਹੁੰਚ ਗਈ ਆਪਣੇ ਨਾਲੋਂ, ਠੀਕ ਆ ਜੀ, ਉਹ ਬੱਸ ਖੜੀ ਆ ਸਾਹਮਣੇ, ਉਹ ਕਿਆ ਪਤਾ ਦੂਜੇ ਪਾਸੇ ਦੀ ਆਏ ਹੁਣ, ਆਹ ਖੜੀ ਆ ਜੀ ਆਪਣੀ ਦੂਜੀ ਬੱਸ, ਅਤੇ ਆਹ ਖੜੀ ਆ ਭਾਈ ਸੰਗਤ ਸਾਰੀ ਥੱਲੇ, ਅਤੇ ਮਾੜਾ ਮਾੜਾ ਛਿੱਟਾ ਪੈਣ ਲੱਗ ਗਿਆ, ਮੀਂਹ ਆ ਗਿਆ। ਇੱਧਰ ਭਾਈ ਸੋਹਣ ਸਿੰਘ ਬਲਾਕ ਰਿਹਾਇਸ਼ ਦਾ ਬਹੁਤ ਤਕੜਾ ਪ੍ਰੋਗਰਾਮ ਆ ਇੱਥੇ, ਹੈ ਨਾ, ਹੈ ਨਾ, ਰਹਿਣ ਕਰਨ ਵਾਲਾ ਵਾ, ਕਿਉਂਕਿ ਹੇਮਕੁੰਡ ਸਾਹਿਬ ਜਾਣ ਵਾਲੀ ਸੰਗਤ ਬਹੁਤ ਆਉਂਦੀ ਹੈ ਇੱਥੇ, ਕੋਈ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਉਹਨਾਂ ਨੂੰ। ਉਹ ਖੜਾ ਭਾਈ ਆਪਣਾ ਜਥਾ, ਇਹ ਇੱਕ ਬੱਸ 'ਚ ਉਤਰਿਆ, ਅਤੇ ਹਜੇ 2 ਬੱਸਾਂ ਭਾਈ ਹੋਰ ਆਉਣੀਆਂ ਨੇ। ਹਾਂ ਲਓ ਜੀ, ਅਤੇ ਹੁਣ ਆਪਾਂ ਇੱਥੇ ਬੱਸਾਂ ਬੁੱਸਾਂ ਲਾਤੀਆਂ ਸੀ, ਇੱਧਰਲੇ ਪਾਸੇ ਹਾਲ ਨੰਬਰ ਨੇ, ਹਾਲ ਨੰਬਰ 1 ਅਤੇ ਹਾਲ ਨੰਬਰ 2, ਆਹ ਸਾਰੀ ਸੰਗਤ ਭਾਈ ਆਪਣੇ ਨਾਲ ਦੀ ਆ। ਅੰਦਰ ਚੱਲੇ ਹਾਂ, ਅਤੇ ਸਵੇਰੇ ਵੀ 4 ਵਜੇ ਤੁਰਨਗੀਆਂ ਬੱਸਾਂ, ਉੱਧਰੋਂ ਬਾਕੀ ਸੰਗਤ ਆਪਣੇ ਨਾਲ ਦੀ ਹੋਰ ਆ ਰਹੀ ਆ, ਠੀਕ ਆ। ਅਤੇ ਹੁਣ ਆਪਾਂ ਪਹਿਲਾਂ ਜਾ ਕੇ ਹਾਲ 'ਚ ਦੇਖਦੇ ਹਾਂ, ਕਿਹਾ ਤਾਂ ਹੈਗਾ ਇਹਨਾਂ ਨੇ AC ਹਾਲ ਆ ਪਰ ਬਾਰੀਆਂ ਖੁੱਲ੍ਹੀਆਂ ਨੇ। ਅਤੇ
ਇਹ ਸਾਰਾ ਵਿਊ ਆ ਜੀ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ, ਇਹ ਵੀ ਜਿਵੇਂ ਅੱਜ ਹੇਮਕੁੰਡ ਸਾਹਿਬ ਬਣਿਆ ਹੋਇਆ, ਉਵੇਂ ਦੀ ਬਿਲਡਿੰਗ ਬਣੀ ਹੋਈ ਆ ਅਤੇ ਇਹਦਾ ਨਾਮ ਵੀ ਆ ਜੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ। ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਅਤੇ ਉਹਦੇ ਅੰਦਰ ਜਾ ਕੇ ਤੁਹਾਨੂੰ ਆਪਾਂ ਦਰਸ਼ਨ ਮੇਲਾ ਕਰਵਾਉਂਦੇ ਹਾਂ। ਅਤੇ ਜ਼ਿਆਦਾਤਰ ਸੰਗਤ ਇੱਥੇ ਹੇਮਕੁੰਡ ਸਾਹਿਬ ਜਾਣ ਵਾਲੀ ਜੀ ਸੰਗਤ ਵੀ ਆਉਂਦੀ ਹੈ ਇੱਥੇ, ਕਿਉਂਕਿ ਜਦੋਂ ਅਸੀਂ ਹੇਮਕੁੰਡ ਸਾਹਿਬ ਗਏ ਸੀ ਅਸੀਂ ਵੀ ਇੱਥੇ ਰੁਕ ਕੇ ਗਏ ਸੀ। ਇੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਰਿਹਾਇਸ਼ ਦਾ ਬਹੁਤ ਤਕੜਾ ਪ੍ਰਬੰਧ ਆ ਅਤੇ ਸਾਰਿਆਂ ਨੂੰ ਪਤਾ ਵੀ ਰਿਸ਼ੀਕੇਸ਼ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾ ਹੇਮਕੁੰਡ ਸਾਹਿਬ, ਆਹ ਦੇਖੋ ਤੁਸੀਂ ਇੱਧਰਲੇ ਪਾਸੇ ਦੇਖੋ ਜੀ, ਜਮਾਂ ਹੇਮਕੁੰਡ ਸਾਹਿਬ ਦੀ ਜਿਵੇਂ ਬਿਲਡਿੰਗ ਇਮਾਰਤ ਬਣੀ ਹੋਈ ਆ ਉਵੇਂ ਦਾ ਗੁਰਦੁਆਰਾ ਸਾਹਿਬ ਇੱਧਰਲੇ ਪਾਸੇ ਬਣਾਇਆ ਹੋਇਆ। ਗੁਰਦੁਆਰਾ ਸਾਹਿਬ ਤਾਂ ਨਹੀਂ ਬਣਾਇਆ ਹੋਇਆ, ਡਿਸਪੈਂਸਰੀ ਬਣਾਈ ਹੋਈ ਆ ਪਰ ਬਣਤਰ ਗੁਰਦੁਆਰਾ ਹੇਮਕੁੰਡ ਸਾਹਿਬ ਵਰਗੀ ਹੈ ਜੀ। ਅਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾ ਦਿੰਦੇ ਅੰਦਰ ਜਾ ਕੇ। ਵਾਹਿਗੁਰੂ। ਅਤੇ ਇੱਧਰ ਤੁਹਾਨੂੰ ਅਸੀਂ ਅਜਾਇਬ ਘਰ ਦਿਖਾਉਣੇ ਹਾਂ ਜੀ, ਗੁਰਦੁਆਰਾ ਰਿਸ਼ੀਕੇਸ਼ ਜਿਹੜਾ ਬਣਿਆ ਹੋਇਆ ਜੀ ਹੇਮਕੁੰਡ ਸਾਹਿਬ, ਉਹਦੇ ਅੰਦਰ ਹੀ ਬਣਿਆ ਹੋਇਆ ਇਹ। ਨੇਜਿਆਂ ਦੇ ਉੱਤੇ ਬੱਚੇ ਟੰਗੇ ਗਏ ਨੇ ਇੱਧਰ, ਟੋਟੇ ਟੋਟੇ ਬੱਚਿਆਂ ਨੇ ਕਰਕੇ ਨਾ ਉਹਨਾਂ ਦੇ ਮਾਤਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀ। ਇੱਧਰ ਆਲੇ ਦੁਆਲੇ ਸਰੀਰ ਦੇ ਉੱਤੇ ਰੂੰ ਲਪੇਟ ਕੇ ਉਹਨਾਂ ਨੂੰ ਅੱਗ ਨਾਲ ਸ਼ਹੀਦ ਕੀਤਾ ਗਿਆ ਸੀ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕਿ ਦੇਗੇ ਦੇ ਵਿੱਚ ਉਬਾਲਿਆ ਗਿਆ ਸੀ, ਭਾਈ ਮਤੀ ਦਾਸ ਜੀ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਸੀ, ਅਤੇ ਭਾਈ ਸਵੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਚਰਖੜੀਆਂ 'ਤੇ ਚੜ੍ਹੇ ਸੀ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਹ ਦਿੱਤੀ ਗਈ ਸੀ, ਅਤੇ ਇੱਧਰ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਤਲੀ ਦੇ ਉੱਤੇ ਸਿਰ ਰੱਖ ਕੇ ਇਹਨਾਂ ਨੇ ਮਤਲਬ ਹਰਿਮੰਦਰ ਸਾਹਿਬ ਨੂੰ ਫਤਿਹ ਕੀਤਾ ਸੀ, ਉੱਥੇ ਜਿਹੜੇ ਮੁਗਲਾਂ ਕੋਲੋਂ ਛੁਡਵਾਇਆ ਸੀ। ਅਤੇ ਇੱਧਰ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ ਨੇ, ਫਿਰ ਵੀ ਇਹਨਾਂ ਨੇ ਸਿੱਖੀ ਨਹੀਂ ਛੱਡੀ। ਮਤਲਬ ਇਹ ਅਜਾਇਬ ਘਰ ਦੇ ਵਿੱਚ ਇਹ ਚੀਜ਼ ਦਿਖਾਈ ਗਈ ਆ, ਬਹੁਤ ਸੋਹਣਾ ਬਣਿਆ ਹੋਇਆ। ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ। ਲਓ ਜੀ, ਰਿਸ਼ੀਕੇਸ਼ ਸ਼ਹਿਰ ਤੁਹਾਨੂੰ ਆਪਾਂ ਦਿਖਾਉਣ ਲੱਗੇ ਹਾਂ, ਅਤੇ ਹੁਣ ਆਪਾਂ ਆਟੋ ਦੇ ਵਿੱਚ ਬਹਿ ਗਏ ਹਾਂ, ਬੈਟਰੀ ਵਾਲਾ ਆਟੋ ਆ ਇਹ। ਅਤੇ ਇੱਥੇ ਨਾ ਬਹੁਤ ਚੀਜ਼ ਮਸ਼ਹੂਰ ਆ, ਟੂਰਿਸਟ ਪਲੇਸ ਬਹੁਤ ਤਕੜਾ ਇਹ। ਅਤੇ ਇੱਥੇ ਇੱਕ ਚੀਜ਼ ਹੋਰ ਆ ਕਿ ਆਪਣੇ ਰਾਫਟਿੰਗ ਜਿਹੜੀ ਹੁੰਦੀ ਹੈ ਇੱਥੇ, ਸਭ ਤੋਂ ਵੱਧ ਰਾਫਟਿੰਗ ਹੁੰਦੀ ਹੈ ਇੱਥੇ, ਉਹ ਤੁਹਾਨੂੰ ਆਪਾਂ ਅੱਗੇ ਜਾ ਕੇ ਦਿਖਾਵਾਂਗੇ। ਕਿਉਂਕਿ ਜਿਹੜੀ ਇੱਥੇ ਆਪਣੇ ਚੱਲਦੀ ਆ ਨਾ ਨਾਲ ਨਹਿਰ ਜੀ, ਨਦੀ ਚੱਲਦੀ ਆ, ਉਹਦੇ ਵਿੱਚ ਪਾਣੀ ਵਾਲੀ ਬੋਟ ਹੁੰਦੀ ਆ, ਉਹਦੇ ਵਿੱਚ ਬਹਿ ਕੇ ਫਿਰ ਰਾਫਟਿੰਗ ਕਰਵਾਉਂਦੇ ਨੇ, ਉਹਦੇ ਕਰਕੇ ਜ਼ਿਆਦਾ ਮਸ਼ਹੂਰ ਹੁੰਦਾ ਇਹ। ਜਦੋਂ ਤੁਸੀਂ ਦੁਪਹਿਰੇ ਦੁਪਹਰੇ ਆਉਣੇ ਤਾਂ ਐਤਵਾਰ ਨੂੰ ਤਾਂ ਇੱਥੇ ਬਹੁਤ ਖਤਰਨਾਕ ਜਾਮ ਲੱਗਿਆ ਹੁੰਦਾ। ਆਹ ਜਿਹੜਾ ਤੁਸੀਂ ਦੇਖ ਰਹੇ ਸਾਹਮਣੇ ਆ ਪਈਆਂ ਨੇ ਗੱਡੀਆਂ ਦੇ ਉੱਤੇ, ਇਹ ਰਾਫਟਿੰਗ ਵਾਲੀਆਂ ਬੋਟਾਂ ਨੇ। ਆਟੋ ਦੇ ਵਿੱਚ ਸੂਮੋ ਦੇ ਵਿੱਚ, ਟਾਟਾ ਸੂਮੋ ਦੇ ਵਿੱਚ ਬਿਠਾ ਕੇ ਤੁਹਾਨੂੰ ਡੈਸਟੀਨੇਸ਼ਨ 'ਤੇ ਲੈ ਜਾਂਦੇ ਨੇ, ਉੱਥੇ ਜਾ ਕੇ ਫਿਰ ਤੁਹਾਨੂੰ ਰਾਫਟਿੰਗ ਕਰਵਾ ਦਿੰਦੇ ਨੇ। ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਰਾਫਟਿੰਗ ਇੱਥੇ ਕੀਤੀ ਜਾਂਦੀ ਹੈ। ਥਾਂ ਥਾਂ ਦੇ ਉੱਤੇ ਇਹਨਾਂ ਦੇ ਦਫ਼ਤਰ ਬਣੇ ਹੋਏ ਨੇ, ਤੁਸੀਂ ਰਾਫਟਿੰਗ ਬੁਕਿੰਗ ਕਰਵਾ ਸਕਦੇ ਹੋ, ਠੀਕ ਆ। ਅਤੇ ਇੱਕ ਗੱਲ ਮੈਂ ਹੋਰ ਦੱਸਦਾ, ਜਿਹੜੇ ਇੱਥੇ ਆਟੋ ਚੱਲਦੇ ਨੇ ਨਾ, ਇਹਨਾਂ ਆਟੋਆਂ ਨੂੰ ਆਪਾਂ ਤਾਂ ਆਟੋ ਕਹਿ ਦਿੰਦੇ ਹਾਂ, ਰਿਕਸ਼ਾ ਕਹਿ ਦਿੰਦੇ ਹਾਂ, ਹੈ ਨਾ, ਟੈਂਪੂ ਕਹਿ ਦਿੰਦੇ ਹਾਂ, ਇਹ ਕਹਿੰਦੇ ਨੇ ਭਾਈ ਵਿਕਰਮ। ਜੇ ਆਪਾਂ ਇਹਨੂੰ ਕਿਹਾ ਵੀ ਵਿਕਰਮ ਕਿੱਥੇ ਆ, ਤਾਂ ਵਿਕਰਮ ਇਹ ਤੁਹਾਡੇ ਮੂਹਰੇ ਆਟੋ ਲਿਆ ਕੇ ਖੜਾ ਦੇਣਗੇ, ਇੰਨਾ ਕੁ ਫਰਕ ਆ ਇੱਥੇ। ਬਾਕੀ ਤੁਹਾਨੂੰ ਆਪਾਂ ਅੱਗੇ ਜਾ ਕੇ ਦਿਖਾਉਣੇ ਹਿਸਾਬ ਕਿਤਾਬ, ਠੀਕ ਆ। ਬਹੁਤ ਮਹੱਤਤਾ ਵਾਲਾ ਸ਼ਹਿਰ ਆ ਭਾਈ ਰਿਸ਼ੀਕੇਸ਼ ਵੀ, ਮੰਦਰ ਮੁੰਦਰ ਵੀ ਇੱਥੇ ਕਾਫੀ ਬਣੇ ਹੋਏ ਨੇ। ਹੁਣ
ਤੇ ਹੁਣ ਆਪਾਂ ਪਹੁੰਚ ਗਏ ਆ ਜੀ ਰਾਮ ਝੂਲੇ ਤੇ। ਜਿਹੜਾ ਲਕਸ਼ਮਣ ਝੂਲਾ ਸੀ ਕਹਿੰਦੇ ਉਹ 100 ਸਾਲ ਤੋਂ ਜ਼ਿਆਦਾ ਪੁਰਾਣਾ ਸੀ, ਪਰ ਉਹ ਲਕਸ਼ਮਣ ਝੂਲਾ ਕਹਿੰਦੇ ਜੀ ਹੁਣ ਬੰਦ ਕੀਤਾ ਹੋਇਆ। ਤੇ ਫਿਲਹਾਲ ਰਾਮ ਝੂਲਾ ਤੁਹਾਨੂੰ ਆਪਾਂ ਦਿਖਾਉਣੇ ਆ। ਤੇ ਇੱਥੋਂ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜੀ ਰਿਸ਼ੀਕੇਸ਼ ਦਾ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਆ, ਉਹ ਸਿਰਫ ਕਿਲੋਮੀਟਰ ਤੋਂ ਵੀ ਘੱਟ ਆ। ਠੀਕ ਆ ਜੀ, ਜਾਂਦੇ ਹੋਏ ਆਪਾਂ ਤੁਰ ਕੇ ਚੱਲਾਂਗੇ ਕਿਉਂਕਿ ਆਉਂਦੇ ਹੋਏ ਆਪਾਂ ਆਟੋ 'ਚ ਆਏ ਹਾਂ ਅਤੇ ਆਟੋ ਵਾਲਾ ਕਹਿੰਦਾ ਵੀ 3-4 ਕਿਲੋਮੀਟਰ ਆਪਾਂ ਬਹਿ ਗਏ ਅਤੇ ਉਹ ਮਾਂ ਦੇ ਪੁੱਤ ਨੇ 2 ਮਿੰਟਾਂ 'ਚ ਲਾ ਤਾ ਆਪਾਂ ਨੂੰ ਇੱਥੇ। ਠੀਕ ਆ, ਅਤੇ ਬਾਕੀ ਇਹ ਹਿੰਦੂਆਂ ਦਾ ਬਈ ਧਾਰਮਿਕ ਸਥਾਨ ਆ। ਜਿਹੜੀ ਤਾਰ 4 ਧਾਮ ਦੀ ਯਾਤਰਾ ਹੁੰਦੀ ਆ, ਬਦਰੀਨਾਥ, ਕੇਦਾਰਨਾਥ ਦੀ, ਹੇਮਕੁੰਟ ਸਾਹਿਬ ਦੀ, ਹੈ ਨਾ, ਜਾਂ ਗੰਗੋਤਰੀ ਦੀ, ਉਹਨਾਂ ਵਾਸਤੇ ਇਹ ਇੱਕ ਸੈਂਟਰ ਪੁਆਇੰਟ ਵੀ ਆ। ਆਲੇ ਦੁਆਲੇ ਪਹਾੜ ਹੀ ਪਹਾੜ ਨੇ, ਇੱਧਰਲੇ ਪਾਸੋਂ ਪਹਾੜ ਸ਼ੁਰੂ ਹੋ ਜਾਂਦੇ ਨੇ, ਇੱਕ ਪਾਸੇ ਇਹਦੇ ਹਰਿਦੁਆਰ ਰਹਿ ਜਾਂਦਾ ਅਤੇ ਉਦੋਂ ਅੱਗੇ ਦੇਹਰਾਦੂਨ ਆ ਜਾਂਦਾ। ਚਲਾਇਆ ਹੁਣ ਆਪਾਂ ਇੱਕ ਵਾਰੀ ਇੱਧਰ ਜਾਈਏ ਅਤੇ ਆ ਇੱਥੇ ਐਵੇਂ ਦੇ ਹਿਸਾਬ ਕਿਤਾਬ ਨੇ ਕਿਉਂਕਿ ਹਿੰਦੂਆਂ ਦੇ ਮੰਦਿਰ ਹੋਣ ਕਰਕੇ ਇੱਥੇ ਫਿਰ ਜਿਹੜੇ ਰੁਦਰਾਕਸ਼ ਵਾਲੀਆਂ ਮਾਲਾ ਮੂਲਾਂ ਹੁੰਦੀਆਂ ਨੇ ਉਹ ਬਹੁਤ ਪਈਆਂ ਨੇ। ਇੱਧਰ ਆ ਜੀ ਸਵੀਟ ਪਟੈਟੋ, ਜਿਹਨੂੰ ਆਪਾਂ ਸ਼ਕਰਕੰਦੀ ਕਹਿ ਦਿੰਦੇ ਹਾਂ। ਅਤੇ ਇੱਧਰ ਹੁਣ ਜਾ ਕੇ ਤੁਹਾਨੂੰ ਪਹਿਲਾਂ ਆਪਾਂ ਲਕਸ਼ਮਣ ਝੂਲਾ ਨਹੀਂ ਰਾਮ ਝੂਲਾ ਦਿਖਾ ਦਿੰਦੇ ਹਾਂ ਭਾਈ। ਠੀਕ ਆ, ਟੂਰਿਸਟ ਇੱਥੇ ਬਹੁਤ ਆਉਂਦੇ ਨੇ। ਜੂਨ ਦੇ ਮਹੀਨੇ ਦੇ ਵਿੱਚ ਤਾਂ ਇੱਥੇ ਬਹੁਤ ਗਰਮੀ ਹੁੰਦੀ ਆ, ਪਰ ਜਿਵੇਂ ਮੀਂਹ ਪੈਣ ਲੱਗ ਜਾਂਦੇ ਉਦੋਂ ਬਾਅਦ ਇਹਦਾ ਮੌਸਮ ਸਾਰਾ ਠੰਡਾ ਹੀ ਰਹਿੰਦਾ। ਮੰਨ ਲਓ ਤੁਸੀਂ ਜੁਲਾਈ ਚੜ੍ਹ ਗਿਆ, ਜੁਲਾਈ ਦੇ ਵਿੱਚ ਮੀਂਹ ਪੈਣ ਲੱਗ ਗਏ ਤਾਂ ਜੁਲਾਈ ਅਗਸਤ ਤੋਂ ਬਾਅਦ ਇੱਥੇ ਮੌਸਮ ਠੰਡਾ ਹੀ ਹੁੰਦਾ। ਅਤੇ ਹੁਣ ਜਿਹੜੇ ਆਪਾਂ ਟਾਈਮ ਆਏ ਹਾਂ ਇਹ ਹੈਗਾ ਜੀ ਆਪਣਾ ਸਤੰਬਰ। ਠੀਕ ਆ, ਅਤੇ ਇਹ ਆ ਜੀ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਰਾਮ ਝੂਲਾ। ਇੱਧਰਲੇ ਪਾਸੇ ਭਾਈ ਗੰਗਾ ਚੱਲ ਰਹੀ ਹੈ ਅਤੇ ਗੰਗਾ ਦੇ ਕਿਨਾਰੇ ਇਹ ਵਸਿਆ ਹੋਇਆ ਜੀ ਸ਼ਹਿਰ ਰਿਸ਼ੀਕੇਸ਼, ਅਤੇ ਇੱਕ ਝੂਲਾ ਉਹ ਸਾਹਮਣੇ ਵੀ ਬਣਿਆ ਹੋਇਆ। ਠੀਕ ਆ, ਅਤੇ ਜਿਹੜਾ ਝੂਲਾ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਆ ਜੀ ਰਾਮ ਝੂਲਾ ਲਕਸ਼ਮਣ ਝੂਲੇ ਕਰਕੇ ਬਹੁਤ ਫੇਮਸ ਆ ਕਿਉਂਕਿ ਉਹ ਹਿਲਦਾ ਵੀ ਆ ਅਤੇ ਕਹਿੰਦੇ 100 ਸਾਲ ਤੋਂ ਉੱਤੇ ਉਹ ਪੁਰਾਣਾ ਵੀ ਆ। ਅਤੇ ਸਾਹਮਣੇ ਵੀ ਉੱਧਰ ਬੈਠੇ ਨੇ ਪੰਡਿਤ ਵੀ ਬੈਠੇ ਨੇ ਪੂਜਾ ਪਾਠ ਕਰਨ ਵਾਸਤੇ, ਅਤੇ ਲੋਕ ਨਹਾਈ ਵੀ ਜਾਂਦੇ ਨੇ ਗੰਗਾ ਦੇ ਕਿਨਾਰੇ, ਸਨਾਨ ਵੀ ਕਰੀ ਜਾਂਦੇ ਨੇ। ਅਤੇ ਹੁਣ ਆਪਾਂ ਤੁਹਾਨੂੰ ਨੇੜੇ ਜਾ ਕੇ ਦਿਖਾ ਦਿੰਦੇ ਹਾਂ ਭਾਈ ਪੁਲ, ਅਤੇ ਪੁਲ ਦੇ ਉੱਤੋਂ ਦੀ ਜਾ ਕੇ ਦਿਖਾ ਦਿੰਦੇ ਹਾਂ। ਅਤੇ ਆਹ ਦੇਖੋ ਭਾਈ ਬਾਂਦਰ ਬੰਦੇ ਵਾਂਗੂ ਕੁਲਫੀ ਖਾਈ ਜਾਂਦਾ ਜਿਵੇਂ ਆਪਾਂ ਖਾਂਦੇ ਹਾਂ, ਆਪਾਂ ਤਾਂ ਫਿਰ ਵੀ ਝੱਗਾ ਲਪੇੜ ਲੈਂਦੇ ਹਾਂ, ਇਹਦਾ ਕੁਛ ਨਹੀਂ ਲਿਬੜਿਆ। ਅਤੇ ਹੁਣ ਆਪਾਂ ਚੱਲਦੇ ਹਾਂ ਇੱਥੋਂ ਅੱਗੇ ਨੂੰ। ਹਵਾ ਚੱਲ ਰਹੀ ਆ ਕਾਫੀ ਕਿਉਂਕਿ ਜਦੋਂ ਆਪਾਂ ਉਚਾਈ ਦੇ ਉੱਤੇ ਆ ਜਾਂਦੇ ਹਾਂ ਤਾਂ ਆਲੇ ਦੁਆਲੇ ਖੁੱਲ੍ਹਾ ਥਾਂ ਹੋਵੇ ਤਾਂ ਹਵਾ ਦਾ ਫਿਰ ਚੱਲਣਾ ਸੁਭਾਵਿਕ ਆ ਭਾਈ। ਰਾਮ ਝੂਲਾ ਇੱਥੇ ਲਿਖਿਆ ਹੋਇਆ 900 ਮੀਟਰ ਆ, ਉਹ ਆਪਾਂ ਚੱਲਦੇ ਹਾਂ। ਲਕਸ਼ਮਣ ਝੂਲਾ 3 ਕਿਲੋਮੀਟਰ ਲਿਖਿਆ ਹੋਇਆ, ਪਰ ਉਹ ਫਿਲਹਾਲ ਕਹਿੰਦੇ ਹਜੇ ਟੂਰਿਸਟਾਂ ਵਾਸਤੇ ਬੰਦ ਆ ਕਿਉਂਕਿ ਜਿਹੜਾ ਉਹ ਲਕਸ਼ਮਣ ਝੂਲਾ ਉਹ ਨਵਾਂ ਬਣਾਇਆ ਜਾ ਰਿਹਾ। ਬਾਕੀ ਇੱਥੇ ਗੁਰਦੁਆਰਾ ਸਾਹਿਬ ਆ, ਜਿਹੜੇ ਲੋਕ ਹੇਮਕੁੰਡ ਸਾਹਿਬ ਜਾਂਦੇ ਨੇ ਉਹ ਵੀ ਰੁਕ ਕੇ ਜਾਂਦੇ ਨੇ, 4 ਧਾਮ ਦੀ ਯਾਤਰਾ ਜਿਹੜੀ ਕਰਦੇ ਨੇ ਉਹ ਵੀ ਇੱਥੇ ਰੁਕ ਕੇ ਹੀ ਜਾਂਦੇ ਨੇ ਕਿਉਂਕਿ ਇਹ ਇੱਕ ਸੈਂਟਰ ਪੁਆਇੰਟ ਆ। ਅਤੇ ਇੱਧਰ ਬਾਂਦਰ ਹੀ ਬਾਂਦਰ ਬੈਠੇ ਨੇ, ਇੱਧਰ ਵੀ ਬੈਠੇ ਨੇ, ਅਤੇ ਦੇਖਣ ਨੂੰ ਐਵੇਂ ਤਾਂ ਲੱਗਦਾ ਜੀ ਇਹ ਵਿੱਚੋਂ ਜਿਵੇਂ ਕੈਲੀਫੋਰਨੀਆ ਵਾਲਾ ਬ੍ਰਿਜ ਹੁੰਦਾ ਇਹੋ ਜਿਹਾ ਸੇਮ ਬ੍ਰਿਜ ਆ, ਪਰ ਰਾਜਸਥਾਨ ਕੋਟੇ ਸ਼ਹਿਰ ਦੇ ਵਿੱਚ ਵੀ ਦੇਖਿਆ ਸੀ, ਉਹਨੂੰ ਹੈਂਗਿੰਗ ਬ੍ਰਿਜ ਕਹਿੰਦੇ ਸੀ ਅਤੇ ਉਹ ਹਿੱਲਦਾ ਸੀ। ਠੀਕ ਆ, ਅਤੇ ਰਾਮ ਝੂਲਾ ਉਹ ਪਰਲੇ ਪਾਸੇ ਆ, ਆਪਾਂ ਜਾ ਕੇ ਦੇਖਦੇ ਹਾਂ ਉੱਧਰਲੇ ਪਾਸੇ। ਇਹ ਸ਼ਾਇਦ ਵੈਸੇ ਵਾਟਰ ਕਰੋਸਿੰਗ ਵਾਸਤੇ ਕੋਈ ਚੀਜ਼ ਬਣਾਈ ਹੋਈ ਆ ਕਿਉਂਕਿ ਬੰਦੇ ਨੇ ਆਪਾਂ ਨੂੰ ਕਿਹਾ ਸੀ ਕਿ ਇਹੀ ਆ ਰਾਮ ਝੂਲਾ। ਅਤੇ ਇਹ ਜਿਹੜੀ ਜਗ੍ਹਾ ਹੈਗੀ ਆ ਕਹਿੰਦੇ ਯੋਗ ਕਰਨ ਵਾਸਤੇ ਬਹੁਤ ਜ਼ਿਆਦਾ ਮੰਨੀ ਗਈ ਆ। ਯੋਗ ਜਿਵੇਂ ਕੋਈ ਜੱਗ ਹੋ ਗਿਆ, ਹੈ ਨਾ, ਜਾਂ ਕੋਈ ਪੂਜਾ ਹੋ ਗਈ, ਉਹ ਚੀਜ਼ ਕਰਨ ਵਾਸਤੇ ਜਗ੍ਹਾ ਜਿਹੜੀ ਹੈਗੀ ਆ ਬਹੁਤ ਮੰਨੀ ਪਰਮੰਨੀ ਆ, ਫੇਮਸ ਆ, ਅਤੇ ਹਿੰਦੂ ਮਤ ਦਾ ਬਹੁਤ ਤਕੜਾ ਧਾਰਮਿਕ ਸਥਾਨ ਆ। ਇੱਧਰਲੇ ਪਾਸੇ ਗੰਗਾ ਚੱਲ ਰਹੀ ਆ, ਇੱਧਰਲੇ ਪਾਸੇ ਵੀ ਭਾਈ ਗੰਗਾ, ਅਤੇ ਮੌਸਮ ਪੂਰਾ ਘੈਂਟ ਆਲੇ ਦੁਆਲੇ ਪਹਾੜ ਨੇ। ਸਾਈਡਾਂ ਦੇ ਉੱਤੇ ਮੋਟਰਸਾਈਕਲ ਚੱਲ ਰਹੇ ਨੇ ਅਤੇ ਵਿਚਾਲੇ ਲੋਕਾਂ ਦੇ ਚੱਲਣ ਵਾਸਤੇ ਜਗ੍ਹਾ ਬਣਾਈ ਹੋਈ ਆ। ਜੇ ਤੁਸੀਂ ਸਾਈਡਾਂ 'ਤੇ ਚੱਲੋਗੇ ਫਿਰ ਤੁਹਾਨੂੰ ਮੋਟਰਸਾਈਕਲਾਂ ਨੂੰ ਰਾਹ ਦੇਣਾ ਪਊਗਾ। ਠੀਕ ਆ, ਨੋਰਮਲ ਪੈਦਲ ਚੱਲਣ ਵਾਲੇ ਲੋਕ ਵਿਚਾਲੇ ਚੱਲਦੇ ਨੇ, ਸਾਈਡਾਂ ਦੇ ਉੱਤੇ ਮੋਟਰਸਾਈਕਲ ਚੱਲਦੇ ਨੇ। ਠੀਕ ਆ,
ਤੇ ਦੇਖਣ ਨੂੰ ਸੋਹਣਾ ਲੱਗਦਾ ਤਾਂ ਤੁਹਾਨੂੰ ਆਪਾਂ ਦਿਖਾਉਣ ਆ ਗਏ। ਲਓ ਜੀ ਹੁਣ ਇੱਥੇ ਬੋਰਡ ਵੀ ਲੱਗਿਆ ਹੋਇਆ, ਠੀਕ ਆ। ਜ਼ਿਲ੍ਹਾ ਜਿਹੜਾ ਪੈਂਦਾ ਜੀ ਇਹ ਆਪਾਂ ਨੂੰ ਜ਼ਿਲ੍ਹਾ ਪੈ ਜਾਂਦਾ ਪੌੜੀ, ਠੀਕ ਆ। ਅਤੇ ਇਹ ਸਾਈਡ 'ਤੇ ਗਰਿੱਲਾਂ ਤਾਂ ਲਾਈਆਂ ਹੋਈਆਂ ਨੇ ਕਿ ਲੋਕ ਇੱਥੇ ਗੱਡੀਆਂ ਲੈ ਕੇ ਜਾਂ ਹੋਰ ਹੈਵੀ ਵਹੀਕਲ ਲੈ ਕੇ ਨਾ ਆਉਣ। ਅਤੇ ਆਹ ਸਾਰੀਆਂ ਚੀਜ਼ਾਂ ਇੱਥੇ ਮੋਟਰਸਾਈਕਲ ਲੰਘਣ ਵਾਸਤੇ ਸਾਈਡਾਂ ਤੋਂ ਬਣਾਇਆ ਹੋਇਆ ਅਤੇ ਵਿਚਾਲੇ ਸਿਰਫ ਪੈਦਲ ਤੁਰਨ ਵਾਲਾ। ਸਾਹਮਣੇ ਹਨੂੰਮਾਨ ਦੀ ਬਹੁਤ ਵੱਡੀ ਮੂਰਤੀ ਬਣੀ ਹੋਈ ਆ, ਠੀਕ ਆ। ਅਤੇ ਅੱਗੇ ਜਾ ਕੇ ਆਪਾਂ ਦਿਖਾਉਂਦੇ ਹਾਂ ਪਰਲੇ ਪਾਸੇ ਇੱਧਰ ਕੀ ਹਿਸਾਬ ਕਿਤਾਬ ਆ। ਜਿਹੜਾ ਰਿਸ਼ੀਕੇਸ਼ ਸ਼ਹਿਰ ਆ ਨਾ, ਇਹ ਸ਼ਹਿਰ ਹਿੰਦੂ ਧਰਮ ਵਾਸਤੇ ਬਹੁਤ ਵੱਡਾ ਸ਼ਹਿਰ ਮੰਨਿਆ ਗਿਆ। ਜਿਵੇਂ ਆਪਾਂ ਪੁਸ਼ਕਰ ਸ਼ਹਿਰ ਦੇ ਵਿੱਚ ਗਏ ਸੀ ਤਾਂ ਉੱਥੇ ਦੇਖ ਲਓ ਜੀ 52 ਘਾਟ ਨੇ ਇਸ਼ਨਾਨ ਕਰਨ ਵਾਸਤੇ, ਜਿਹੜੀ ਕਿ ਬਹੁਤ ਵੱਡੀ ਗੱਲ ਆ। ਅਤੇ ਉੱਥੇ ਵੀ ਸਾਰਾ ਮਤਲਬ ਉੱਥੇ ਇੰਨੇ ਜ਼ਿਆਦਾ ਘਾਟ ਬਣੇ ਹੋਏ ਸੀ ਮੰਦਰ ਦੇ, ਅਤੇ ਉਹਨੂੰ ਵੀ ਫਿਰ ਹਿੰਦੂਆਂ ਦੇ ਤੀਰਥ ਦਾ ਰਾਜਾ ਮੰਨਿਆ ਗਿਆ ਜੀ, ਜਿਹੜਾ ਆਪਾਂ ਪੁਸ਼ਕਰ ਸੋਨੂੰ ਆਪਾਂ ਦਿਖਾਇਆ ਸੀ। ਅਤੇ ਇਹ ਵੀ ਉਹਨਾਂ ਵਿੱਚੋਂ ਇੱਕ ਆਉਂਦਾ ਜੀ। ਫਿਲਹਾਲ ਤੁਸੀਂ ਰਿਸ਼ੀਕੇਸ਼ ਸ਼ਹਿਰ ਦੇਖ ਰਹੇ ਹੋ ਭਾਈ, ਪੇਂਟਿੰਗਾਂ ਪੁੰਟੀਆਂ ਵਧੀਆ ਕੀਤੀਆਂ ਹੁੰਦੀਆਂ ਨੇ ਥਾਂ ਥਾਂ ਦੇ ਉੱਤੇ। ਆਹ ਦੇਖੋ ਇੱਧਰ ਵੀ ਕੰਧਾਂ ਦੇ ਉੱਤੇ ਮੰਦਰ ਬਣੇ ਹੋਏ ਨੇ, ਸਾਹਮਣੇ ਵੀ ਉਹ ਦੇਖੋ, ਹੈ ਨਾ। ਇਹ ਸਾਰਾ ਹਿਸਾਬ ਕਿਤਾਬ ਰਿਸ਼ੀਕੇਸ਼ ਸ਼ਹਿਰ ਜਾਂ ਫਿਰ ਜਿੱਥੇ ਹਿੰਦੂਆਂ ਦੇ ਟੈਂਪਲ ਹੁੰਦੇ ਨੇ ਜ਼ਿਆਦਾ, ਹੈ ਨਾ, ਉਹਨਾਂ ਦੇ ਗੜ੍ਹ ਮੰਨੇ ਗਏ ਨੇ, ਉਹ ਥਾਵਾਂ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲਣਗੇ। ਅਤੇ ਆਹ ਦੇਖੋ ਇੱਥੇ ਲਿਖਿਆ ਹੋਇਆ ਪੈਦਲ ਮਾਰਗ 4 ਵਜੇ ਸ਼ਾਮ ਨੂੰ ਬੰਦ ਹੋ ਜੂਗਾ ਅਤੇ 6 ਵਜੇ ਤੱਕ ਬੰਦ ਰਹੂਗਾ ਸਵੇਰੇ, ਕਿਉਂਕਿ ਇੱਥੇ ਹਾਥੀਆਂ ਦਾ ਅਤੇ ਚੀਤਿਆਂ ਦਾ ਡਰ ਆ ਭਾਈ ਆਹ ਜਗ੍ਹਾ ਦੇ ਉੱਤੇ। ਲਓ ਜੀ ਹੁਣ ਆਪਾਂ ਚੱਲੇ ਹਾਂ ਜੀ ਇੱਧਰਲੇ ਪਾਸਿਓਂ ਆਰਾਮ ਝੂਲੇ ਵੱਲ ਨੂੰ, ਅਤੇ ਸਾਈਡ ਦੇ ਉੱਤੇ ਸਾਧੂ ਹੀ ਸਾਧੂ ਪੰਡਿਤ ਹੀ ਪੰਡਿਤ ਬੈਠੇ ਨੇ, ਜਿਵੇਂ ਕਿ ਆਪਣੇ ਪੁਸ਼ਕਰ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਇੱਕ ਗੱਲ ਹੋਰ ਆ ਯਾਰ, ਇੱਥੇ ਜਿਹੜੇ ਆਪਣੇ ਗਾਵਾਂ ਹੁੰਦੀਆਂ ਨਾ ਇੱਥੇ, ਜਾਂ ਢੱਠੇ ਕੋਈ ਵੀ, ਉਹਨਾਂ ਦੇ ਕੱਦ ਦੇਖ ਲਓ ਕਿੱਡੇ ਕਿੱਡੇ ਕੁ ਨੇ, ਕੱਦ ਵਾਲੇ ਛੋਟੇ ਰਹਿੰਦੇ ਨੇ, ਮਧਰੇ ਜਿਹੇ ਹੁੰਦੇ ਨੇ। ਇਹ ਵੀ ਤੁਹਾਨੂੰ ਇੱਕ ਆਪਾਂ ਨਵੀਂ ਚੀਜ਼ ਦੱਸੀ ਆ। ਅਤੇ ਆਹ ਭਾਈ ਇੱਥੇ ਦੀ ਇੱਥੇ ਢੋਲੀਆਂ ਨੇ, ਜਿਵੇਂ ਆਪਾਂ ਹੇਮਕੁੰਡ ਸਾਹਿਬ ਤੋਂ ਜਲ ਲੈ ਕੇ ਆਉਣਾ ਹੁੰਦਾ ਨਾ, ਆਪਾਂ ਪੀਪੀਆਂ ਲੈ ਲੈਂਦੇ ਹਾਂ, ਤਾਂ ਇੱਥੇ ਐਵੇਂ ਦੀਆਂ ਪੀਪੀਆਂ ਮਿਲਦੀਆਂ ਨੇ ਜਿਹਦੇ ਵਿੱਚ ਤੁਸੀਂ ਜਲ ਲਿਆ ਸਕਦੇ ਹੋ, ਜਾਂ ਫਿਰ ਕੋਈ ਪੂਜਾ ਦਾ ਸਮਾਨ ਜਿਹੜਾ ਹੈਗਾ ਉਹ ਸਾਰਾ ਇੱਥੋਂ ਲੈ ਕੇ ਅੱਗੇ ਪੂਜਾ ਕਰਾ ਸਕਦੇ ਹੋ। ਹੁਣ ਆਪਾਂ ਥੱਲੇ ਜਾ ਕੇ ਆਉਣੇ ਹਾਂ ਜਿੱਥੇ ਗੰਗਾ ਦੇ ਕਿਨਾਰੇ ਇਹ ਇਸ਼ਨਾਨ ਕਰਦੇ ਨੇ। ਇੱਧਰਲੇ ਪਾਸੇ ਹੁਣ ਪ੍ਰੋਗਰਾਮ ਚੱਲੀ ਜਾਂਦਾ ਲਾਈਵ, ਉਹ ਦੇਖੋ ਭਾਈ ਉੱਧਰ ਸਾਹਮਣੇ ਲਾਈਵ ਪ੍ਰੋਗਰਾਮ ਚੱਲੀ ਆ, ਅਤੇ ਗੰਗਾ ਦਾ ਤੁਸੀਂ ਫਲੋ ਦੇਖੋ ਕਿਹੜਾ ਯਾਰ। ਇੱਧਰ ਮੈਂ ਤੁਹਾਨੂੰ ਕਿਹੜਾ ਗੰਗਾ ਦਾ ਫਲੋ ਦਿਖਾਉਣਾ, ਫਲੋ ਦੇਖੋ ਗੰਗਾ ਦਾ, ਇਹ ਕੀ ਚੀਜ਼ ਆ, ਕਿਆ ਚੀਜ਼ ਆ ਇਹ, ਠੀਕ ਆ ਯਾਰ ਬਸ ਕੋਈ ਨਾ, ਉਹ ਨਾ ਨਾ ਚੱਲ ਅਸੀਂ ਅੱਗੇ ਜਾਣਾ ਲੇਟ ਹੋ ਜਾਵਾਂਗੇ। ਅਤੇ ਇੱਧਰਲੇ ਪਾਸੇ ਭਾਈ ਪੂਜਾ ਹੋ ਰਹੀ ਆ, ਅਤੇ ਇੱਧਰਲੇ ਪਾਸੇ ਲੋਕ ਸ਼ਾਂਤਮਈ ਮਾਹੌਲ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਨੇ ਗੰਗਾ ਦੇ ਫਲੋ ਦਾ। ਤੁਹਾਨੂੰ ਮੈਂ ਗੰਗਾ ਦਾ ਫਲੋ ਨੇੜੋਂ ਦਿਖਾਉਣਾ ਯਾਰ ਕਿੰਨੀ ਤੇਜ਼ ਚੱਲ ਰਹੀ ਆ, ਠੀਕ ਆ। ਅਤੇ ਇੱਧਰਲੇ ਪਾਸੇ ਵੀ ਭਾਈ ਸਾਰੇ ਸਾਧੂ ਬੈਠੇ ਨੇ, ਠੀਕ ਆ। ਕਿਹੜਾ ਤੁਹਾਨੂੰ ਮੈਂ ਗੰਗਾ ਦਾ ਫਲੋ ਨੇੜੋਂ ਦਿਖਾਉਣਾ, ਸਪੀਡ ਚੈੱਕ ਕਰੋ ਤੁਸੀਂ, ਹੁਣ ਕੈਮਰੇ ਦੇ ਵਿੱਚ ਉਹ ਤਰੀਕੇ ਨਾਲ ਆਵੇ ਨਾ ਆਵੇ ਉਹ ਨਹੀਂ ਮੈਨੂੰ ਪਤਾ, ਪਰ ਇੱਥੇ ਪੂਰੀ ਸਪੀਡ ਆ ਭਾਈ। ਆਹ ਦੇਖੋ ਜ਼ੂਮ ਕਰਕੇ ਦਿਖਾ ਦਿੰਦਾ ਕਿਹੜਾ, ਐਂ ਦਾ ਹਿਸਾਬ ਕਿਤਾਬ ਆ ਇੱਥੇ। ਬਾਕੀ ਹੁਣ ਆਪਾਂ ਸਾਹਮਣੇ ਪਾਸੇ ਚੱਲਦੇ ਹਾਂ ਜਿੱਧਰਲੇ ਪਾਸੇ ਭਾਈ ਆਰਾਮ ਝੂਲਾ ਬਣਿਆ ਹੋਇਆ, ਕਿਉਂਕਿ ਆਪਾਂ ਜਿਹੜਾ ਆਟੋ ਲੈ ਕੇ ਆਏ ਹਾਂ ਆਟੋ ਸਪੈਸ਼ਲ ਆਰਾਮ ਝੂਲੇ ਵਾਸਤੇ ਲਿਆਉਂਦਾ। ਬੰਦ ਹੋ ਜਾਂਦਾ ਅਤੇ ਆਪਾਂ ਨੂੰ ਫਿਰ ਟਾਈਮ ਤਾਂ ਟਾਈਮ ਨਾਲ ਆਉਣਾ ਪੈਂਦਾ, 6 ਵਜੇ ਬੰਦ ਹੋ ਜਾਂਦਾ ਰਾਹ, ਤਾਂ ਕਰਕੇ ਹੁਣ ਆਪਾਂ ਉੱਪਰ ਦੀ ਟੱਪ ਕੇ ਆਏ ਹਾਂ। ਅਤੇ ਇੱਧਰ ਬੈਠੇ ਨੇ ਜੀ ਗੋਰੇ ਆਨੰਦ ਮਾਣਦੇ ਹੋਏ, ਆਇਆ ਛੇਤੀ ਆ ਜਾ ਫਿਰ। ਅਤੇ ਇੱਧਰ ਆਰਤੀ ਚੱਲ ਰਹੀ ਆ, ਇੱਧਰ ਨਾ ਮੈਂ ਤੁਹਾਨੂੰ ਨੇੜੇ ਜਾ ਕਰਕੇ ਦਿਖਾਉਣਾ, ਇੱਧਰ ਪਾਣੀ ਦੇ ਵਿੱਚ ਨਾ ਸ਼ਿਵਜੀ ਦੀ ਮੂਰਤੀ ਬਣੀ ਹੋਈ ਆ, ਉਹ ਦੇਖੋ, ਠੀਕ ਆ, ਪਾਣੀ ਦੇ ਵਿੱਚ ਸ਼ਿਵਜੀ ਦੀ ਮੂਰਤੀ ਬਣੀ ਹੋਈ ਆ।
ਇੱਧਰ ਵੀ ਮੂਰਤੀ ਬਣੀ ਹੋਈ ਹੈ ਅਤੇ ਸਾਹਮਣੇ ਹਨੂੰਮਾਨ ਦੀ ਮੂਰਤੀ ਬਣੀ ਹੋਈ ਹੈ ਉਸ ਅਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਵਿਖੇ ਬੋਰਡ ਵੀ ਲੱਗਿਆ ਹੋਇਆ ਅਤੇ ਕੱਲ੍ਹ ਨੂੰ ਆਪਾਂ ਸ਼ਾਇਦ ਨਾਨਕ ਮੱਤਾ ਜਾਵਾਂਗੇ ਠੀਕ ਆ ਬਾਕੀ ਦਾ ਜਿਹੜਾ ਆਪਣਾ ਸਫ਼ਰ ਆ ਜੀ ਕੱਲ੍ਹ ਨੂੰ ਕੰਟੀਨਿਊ ਕਰਾਂਗੇ ਅੱਜ ਆਪਾਂ ਇੱਥੇ ਪਹੁੰਚੇ ਹਾਂ ਜੀ ਇਹ ਗੁਰਦੁਆਰਾ ਸਾਹਿਬ ਹੇਮਕੁੰਡ ਜਾਣ ਵਾਲੇ ਸੰਗਤਾਂ ਜ਼ਿਆਦਾ ਰੁਕਦੀਆਂ ਨੇ ਅਤੇ ਆਪਾਂ ਵੀ ਇੱਥੇ ਰੁਕੇ ਹਾਂ ਅਤੇ ਹੁਣ ਕੱਲ੍ਹ ਨੂੰ ਆਪਣਾ ਜਿਹੜਾ ਸਫ਼ਰ ਹੋਊਗਾ ਜੀ ਨਾਨਕ ਮੱਤਾ ਤੱਕ ਹੋਊਗਾ ਠੀਕ ਆ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਜੁੜੇ ਰਿਹਾ ਕਰੋ ਅਤੇ ਨਵੀਆਂ ਨਵੀਆਂ ਵੀਡੀਓ ਲਗਾਤਾਰ ਆਪਣੀਆਂ ਆਉਂਦੀਆਂ ਰਹਿਣਗੀਆਂ ਅੱਜ ਆਪਣਾ ਸਫ਼ਰ ਦਾ ਸਿਰਫ ਦੂਜਾ ਦਿਨ ਸੀ ਹਜੇ 20 ਦਿਨ ਹੋਰ ਪਏ ਨੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ।